This program is brought to you by Hicksville Pharmacy. अस्सलामुअलैकुम नाज़रीन, सलमान जफर पाक यूएस मीडिया की तरफ से आपकी खिदमत में हाजिर है। जैसा कि आपको पता है कि पंजाबी प्रोग्राम हम लेके आते हैं, तो वो है सलमान जफर की बैठक। होने बाद असं पंजाबी गल करांगे। अज जे मेहमान है, हमेशा तुम पता जिस तरह के मेहमान अस लैके आने डिफरेंट किस्म के, डिफरेंट उन्हों का प्रोफेशनल ताल्लुक होंगे वा, डिफरेंट किस्म के कोई रियल इस्टेट वाल होंगे, कोई पोलिटिकल होंगे। तो अज जरा वह असं दो मेहमान लैके आए हैं, उन्होंने एक का ताल्लुक जरा वह रियल इस्टेट नाल है, तो वह रियल इस्टेट के टाइकोन है न्यूयॉर्क के। दूसरे मेहमान जड़े है और रियल इस्टेट वाले नूं पैसे देंदे ने, इस तरह समझ लो। मतलब कि जरा कोई घर खरीदता है तो उन्होंने लोन दवाते हैं। जरा रियल इस्टेट के साथ मेहमान है, उन्होंने नाम सलमान शेख है। वह बिजनेस के अलावा कम्युनिटी एक्टिविस्ट भी है। उन्होंने ताल्लुक जरा पापोली पाकिस्तानी अमेरिकन कम्युनिटी ऑफ लॉन्ग आइलैंड जी है, वह अपना जरा ना वो कंट्रोलर है, कैश वगैरह हैंडल करते हैं। दूसरे जरे अपना लोन देंगे तुम दसिया रियल इस्टेट लोन वगैरह देंगे, उन्होंने नाम है अजरा धार। भी पाकोली ना उन्होंने भी ताल्लुक है साइट से, अपने काम के अलावा फारग वक्त पाकोली सीनियर वाइस प्रेजिडेंट पाकोली। अस्सलाम वालेकुम सलमान शेख साहब। वालेकुम असलाम सलमान जफर साहब, की हाल है ताडा अजकल, की कर रहे हो? बस शुक्र अल्लाह का, तुहाडे नाल गपशप लगा रहे हैं। मैं शुरू करना सलमान शेख साहब को, किस तरह पाकिस्तान अमेरिका आए पाकिस्तानों, की स्ट्रगल उन्होंने करके हूं इतने इस जगह पे पहुंचे। जी अपना सलमान शेख साहब दसो जरा। जी अस्सलाम वालेकुम सलमान शेख, मैं सर मैं आया सी 88 विच, मेरी सिस्टर इथे आंदी सी, उन्होंने इमीग्रेशन असे अप्लाई कीता सी। उस तो पहले मैं दोहा कतरे एज एन अकाउंटेंट सी उथे, ते जद मेरी बारी आई 88 तो फिर मैं कतर छड़ के ते मैं लाहौर आया, इंटरव्यू दिता, ते उहदे बाद फिर जहाज बह के ना, ते 88 नवंबर 25th 5 नवंबर ਨੂੰ ਮੈਂ ਨਿਊਯਾਰਕ ਲੈਂਡ ਕਰ ਦਿੱਤਾ। ਸਟਰਗਲ ਕੀ ਆ ਕਿ ਮੈਂ ਬੇਸਿਕਲੀ ਅਕਾਊਂਟੈਂਟ ਸੀ, ਤੇ ਮੇਰੀ ਵਾਈਫ ਉਹਨਾਂ ਨੇ ਪਾਕਿਸਤਾਨ ਤੋਂ ਡਾਕਟਰ ਕੀਤਾ, ਡਾਕਟਰੀ ਦਾ ਇਮਤਿਹਾਨ MBBS ਸੀ, ਤੇ ਉਹਨਾਂ ਨੇ ਆ ਕੇ ਫਿਰ ਤਿਆਰੀ ਵਾਰੀ ਕੀਤੀ। ਮੈਂ ਜਿਹੜਾ ਨਾ ਉਹ ਸਾਡੇ ਨੇ ਜਾਣਨ ਵਾਲੇ ਬੇਚਾਰੇ ਫਰਜ਼ਾਨਾ ਖਾਨ, ਔਰ ਉਹਨਾਂ ਦੇ ਹਾਲੇ ਰੀਸੈਂਟਲੀ ਕਰੋਨਾ ਚ ਉਹਨਾਂ ਦੀ ਮਤਲਬ ਕਰੋਨਾ ਦੀ ਵਜ੍ਹਾ ਸੇ ਉਹਨਾਂ ਦੀ ਮਤਲਬ ਫੌਜਗੀ ਹੋ ਗਈ ਸੀ, ਬੜੇ ਅੱਛੇ ਲੋਕ ਸੀ। ਮੈਂ ਉਹਨਾਂ ਨਾਲ ਪਹਿਲੀ ਆਪਣੀ ਉੱਥੇ ਜਾਬ ਸ਼ੁਰੂ ਕੀਤੀ ਸੀ, $4.5 ਪਰ ਆਵਰ, ਤੇ ਉਹ ਬਹੁਤ ਅੱਛੇ ਖਾਤੂਨ ਸੀ, ਮੈਂ ਉਹਨਾਂ ਨਾਲ ਰਿਹਾ। ਉਦੋਂ ਬਾਅਦ ਮੇਰਾ ਇਹ ਸੀ ਕਿ ਮੈਂ ਨਾ, ਕਿਉਂਕਿ ਮੈਂ ਬੇਸਿਕਲੀ ਅਕਾਊਂਟੈਂਟ ਸੀ, ਤੇ ਮੈਂ ਚਾਹ ਰਿਹਾ ਸੀ ਕਿ ਕੋਈ ਬੈਂਕ ਵਿੱਚ ਮੈਂ ਨੌਕਰੀ ਕਰਾਂ, ਤੇ ਮੈਂ ਚਾਹ ਸੀ ਸਿਟੀ ਬੈਂਕ ਦੀ ਜਾਣ ਦਾ ਨਾ, ਤੇ ਨਾਲ ਨਾਲ ਮੈਂ ਸਿਟੀ ਬੈਂਕ 'ਤੇ ਵੀ ਜਾਬ ਕੀਤੀ। ਤੇ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਵੀ ਤੁਸੀਂ ਪੜ੍ਹੋ, ਆਪਣਾ USMLE ਦਾ ਇਮਤਿਹਾਨ ਦਿਓ, ਤੇ ਮਤਲਬ ਤਿਆਰੀ ਕਰੋ। ਮੈਂ ਦੋ ਜਾਬਾਂ ਕੀਤੀਆਂ, ਮਿਹਨਤ ਕੀਤੀ ਬਹੁਤ, ਤੇ ਅੱਲਾਹ ਦਾ ਕਰਮ ਹੋਇਆ ਕਿ ਉਹਨਾਂ ਨੇ USMLE ਪਾਸ ਕਰ ਲਿੱਤਾ। ਤੇ ਮੈਂ ਅਲੀ ਸਿਟੀ ਬੈਂਕ ਸੀ, ਤੇ ਮੈਂ ਕਿਹਾ ਚਾਹ, ਕਿਉਂਕਿ ਮੈਂ ਕਹਿ ਰਹੀ ਮੈਂ ਘਰ ਬਹਿ ਕੇ ਕੁਛ ਕੰਮ ਕਰਾਂ, ਤੇ ਮੈਂ ਫਿਰ 91 ਵਿੱਚ ਮੈਂ ਨਾ ਸਿਟੀ ਬੈਂਕ ਵੀ ਸੀ ਨਾ ਮੈਂ ਰੀਅਲ ਸਟੇਟ ਐਜ ਏ ਸੇਲਸ ਪਰਸਨ ਕੰਮ ਕੀਤਾ। ਤੇ ਮੈਂ ਕਿਹਾ ਯਾਰ ਦੋ ਕੰਮ ਨਹੀਂ ਆਉਂਦੇ, ਤੇ ਬੇਸਿਕਲੀ ਮੈਂ ਨਾ ਸਿਟੀ ਬੈਂਕ ਨੂੰ ਖੈਰਬਾਦ ਕਹਿ ਦਾ, ਤੇ ਮੈਂ ਫਿਰ ਪਾਰਟ ਟਾਈਮ ਹੀ ਮਤਲਬ ਫੁੱਲ ਟਾਈਮ ਪਾਰਟ ਟਾਈਮ ਘਰ ਤੋਂ ਬਹਿ ਕੇ ਨਾ, ਤੇ 1991 ਤੋਂ ਲੈ ਕੇ ਹੁਣ ਤੱਕ ਮੈਂ ਕਰ ਰਿਹਾ। ਉਹਦੇ ਬਾਅਦ ਮੈਂ ਕੀ ਨਾ
ਮਤਲਬ ਮੈਂ ਨਾਲ ਮੈਂ ਰੀਅਲ ਸਟੇਟ ਲਾਇਸੈਂਸ ਲਿੱਤਾ, ਨਾਲ ਮੈਂ ਫਿਰ ਰੀਅਲ ਸਟੇਟ ਕਰਦਾ ਰਿਹਾ ਤੇ ਨਾਲ ਨਾਲ ਮੈਂ ਮਤਲਬ ਹੈ ਉਹ 10 ਸਾਲ ਮੈਂ ਲਾਏ ਨੇ ਐਜ਼ ਅ ਸੇਲਸ ਪਰਸਨ ਨਾ, ਤੇ ਮੈਂ ਕੰਮ ਕਰਦਾ ਸੀ ਸ਼ਾਲਾਮਾਰ ਗਾਰਡਨ ਰਿਐਲਿਟੀ ਆ ਸਭ ਬੜੇ ਅੱਛੇ ਸੀ ਲਾਟ ਹੋ। ਅੱਛਾ ਅੱਛਾ ਤੇ ਮੈਂ ਨਾ ਉਹ ਮੇਰੇ ਕਲਾਇੰਟ ਸਾਰੇ ਡਾਕਟਰ, ਕਿਉਂਕਿ ਮੇਰੇ ਵਾਈਫ ਮੈਂ ਡਾਕਟਰ ਦੇ ਹਲਕੇ ਚ ਜ਼ਿਆਦਾਤਰ ਰਿਹਾ, ਮੇਰਾ ਕਲਾਇੰਟ ਹੈ ਨਾ ਉਹ ਮੈਨੂੰ ਕਹਿੰਦੇ ਯਾਰ ਤੂੰ ਆਪਣੇ ਬ੍ਰੋਕਰ ਲਾ, ਬ੍ਰੋਕਰ ਕਿਉਂ ਮੈਂ ਤੂੰ ਲੈਂਦਾ ਅੱਲਾ, ਤੇ ਮੈਂ ਹੁਣ ਮੈਂ ਕਿਹਾ ਕਰਾਂਗਾ ਕਰਾਂਗਾ, ਕਿਉਂਕਿ ਬੰਦਾ ਕਿਸੇ ਨਾਲ ਅਟੈਚਮੈਂਟ ਹੋ ਜਾਂਦੀ ਹੈ ਤੇ ਬੰਦਾ ਬੜਾ ਮੁਸ਼ਕਿਲ ਹੋ ਜਾਂਦਾ। ਪਰ ਉਹਨੇ ਮੈਨੂੰ ਕਿਹਾ, ਧਮਕੀ ਦਿੱਤੀ ਡਾਕਟਰ ਸਾਹਿਬ ਨੇ, ਕਹਿੰਦੇ ਵੀ ਅਗਰ ਤੂੰ ਬ੍ਰੋਕਰ ਲਾਇਸੈਂਸ ਨਹੀਂ ਲਾਂਗਾ ਨਾ ਮੈਂ ਤੇਰੇ ਕੋਲ ਕਰ ਨਹੀਂ ਲਾਂਗਾ। ਮੈਂ ਕਿਹਾ ਲੈ ਵੀ ਇੱਥੇ ਚੰਗਾ ਰਹੇਗਾ, ਉਹ ਉਹਨੇ ਮਕਾਨ ਚੰਗਾ ਲੈਣਾ ਸੀ। ਬਹਰਹਾਲ ਮੈਂ ਫਿਰ ਕੋਸ਼ਿਸ਼ ਕਰਕੇ ਦਿਨ ਰਾਤ ਤੇ ਫਿਰ ਬ੍ਰੋਕਰ ਦਾ ਲਾਇਸੈਂਸ ਲਿੱਤਾ ਤੇ 2004 ਵਿੱਚ ਮੈਂ ਫਿਰ ਆਪਣੀ ਕੰਪਨੀ ਖੋਲੀ ਜਿਹਦਾ ਨਾਮ SS ਰਿਐਲਟੀ ਐਸੋਸੀਏਟ। SS ਰਿਐਲਟੀ ਐਸੋਸੀਏਟ ਤੇ ਨਾਲ ਮੇਰੇ ਮਾਸ਼ਾਅੱਲਾ 4 ਬੱਚੇ ਨੇ, 3 ਬੇਟੇ ਤੇ 1 ਬੇਟੀ, ਤੇ ਮਾਸ਼ਾਅੱਲਾ ਉਹਨਾਂ ਨੂੰ ਦੋਨੋਂ ਬੱਚੇ ਤੇ ਬੇਟੀ ਮਾਸ਼ਾਅੱਲਾ ਪਾਕਿਸਤਾਨ ਤੋਂ ਡਾਕਟਰ ਬਣ ਗਏ ਨੇ। ਇੱਕ ਬੱਚਾ ਜਿਹੜਾ ਉਹ US ਅਮਰੀਕਾ ਕਰਕੇ ਇੱਥੇ ਫੁੱਲ ਡਾਕਟਰ ਹੋ ਗਿਆ। ਤੇ ਮੈਂ ਮੇਰੀ ਵਾਈਫ ਤੇ ਬੱਚੇ ਅਸੀਂ ਅੱਲਾ ਦਾ ਬਹੁਤ ਕਰਮ ਹੈ, ਮਤਲਬ ਹਾਰਡ ਟਾਈਮ ਵੀ ਗੁਜ਼ਾਰਿਆ, ਮਤਲਬ ਅੱਲਾ ਨੇ ਸਟਰਗਲ ਕਰਨੀ ਪੈਂਦੀ ਹੈ, ਅਮਰੀਕਾ ਤੱਕ ਸਟਰਗਲ ਕਰਨੀ ਪੈਂਦੀ ਹੈ ਸ਼ੁਰੂ ਦੇ ਵਿੱਚ। ਬਿਲਕੁਲ ਬਿਲਕੁਲ। 4 ਬੱਚੇ ਤੁਹਾਡੇ ਡਾਕਟਰ ਬਣ ਰਹੇ ਜੀ? 4 ਬੱਚੇ ਡਾਕਟਰ ਤੁਹਾਡੇ? ਨਹੀਂ ਨਹੀਂ 3 ਬੱਚੇ ਮੇਰੇ ਡਾਕਟਰ ਨੇ, ਮਾਸ਼ਾਅੱਲਾ। ਤੇ ਇੱਕ ਬੇਟਾ ਬੜਾ ਜਿਹੜਾ ਨਾ ਉਹ ਮੇਰੇ ਨਾਲ ਰੀਅਲ ਸਟੇਟ ਹੈ ਨਾਲ, ਹੁਣ ਮਤਲਬ 3-4 ਸਾਲ ਪਹਿਲੇ ਮੈਂ ਨਾਲ ਸਾਰਾ ਇਨਵੈਸਟਰ ਵੀ ਬਣ ਗਿਆ। ਨਾਲ ਮੈਂ ਪੁਰਾਣੇ ਮਕਾਨ ਆਪਸ਼ਨ ਘਰ ਲੈ ਕੇ ਨਾ ਤੇ ਉਹਨੂੰ ਠੀਕ ਕਰਕੇ ਰੈਨੋਵੇਸ਼ਨ ਕਰਕੇ ਨਾਲ ਉਹ ਵੇਚ ਦਿਆ। ਸਾਲ ਚ 3 ਘਰ ਵੇਚ ਲੈਣਾ ਨਾਲ। ਬਹੁਤ ਕਮਿਊਨਿਟੀ ਐਕਟੀਵਿਸਟ ਹੈਗੇ ਨੇ, ਮਤਲਬ ਬਹੁਤ ਕੁਛ ਇੰਨਾ ਕੁਛ ਹੈਗੇ ਨੇ, ਮਤਲਬ ਕਿ ਬਿਆਨ ਕਰਨਾ ਮੁਸ਼ਕਿਲ ਹੋ ਜਾਂਦਾ ਕਿਸੇ ਵਕਤ। ਤੇ ਪਕੋਲੀ ਜਿਹੜੀ ਮੈਂ ਦੱਸਿਆ ਸੀ ਉਹਨੇ ਪਾਕਿਸਤਾਨ ਅਮੈਰੀਕਨ ਕਮਿਊਨਿਟੀ ਆਫ ਲੌਂਗ ਆਈਲੈਂਡ ਤੇ ਸਦਰ ਵੀ ਹੈਗੇ ਨੇ ਤੇ ਬਹੁਤ ਬਿਜ਼ੀ ਰਹਿੰਦੇ ਇਹਨਾਂ ਦਾ, ਕੰਸਟਰਕਸ਼ਨ ਦਾ ਆਪਣਾ ਕੰਪਨੀ ਹੈਗੀ ਹੈ ਤੇ ਇਹਨਾਂ ਕੋਲ ਮਤਲਬ ਟਾਈਮ ਨਹੀਂ ਹੁੰਦਾ। ਉਹਨਾਂ ਬੜੀ ਇਹਨਾਂ ਦੀ ਮਿਹਰਬਾਨੀ ਕਿਹਾ ਜਾਂਦਾ ਨੇ ਸਾਡੇ ਵਾਸਤੇ ਟਾਈਮ ਕੱਢਿਆ ਇਸ ਪ੍ਰੋਗਰਾਮ ਵਾਸਤੇ ਆਉਣ ਦੇ। ਤੇ ਆਸਿਮ ਮਲਿਕ ਸਾਹਿਬ ਤੁਹਾਡੇ ਕੋਲ ਮੈਂ ਵਾਪਸ ਆਉਣਾ, ਪਹਿਲੇ ਮੈਂ ਅਜ਼ਰਾ ਦਰਾਨੀ ਕੋਲ ਜਾਵਾਂ, ਉਹਨਾਂ ਕੋਲੋਂ ਜ਼ਰਾ ਇਨਫੋਰਮੇਸ਼ਨ ਲਵਾਂ ਕਿ ਕੀ ਆਪਣਾ ਅਮਰੀਕਾ ਆਏ ਤੇ ਆਪਣਾ ਇੱਥੇ ਸਟਰਗਲ ਉਹਨਾਂ ਨੇ ਵੀ ਕੀਤੀ ਹੋਏਗੀ ਥੋੜੀ ਬਹੁਤ ਜ਼ਰੂਰ ਜ਼ਾਹਿਰ ਹੈ। ਹਾਂਜੀ ਅਜ਼ਰਾ ਜੀ। ਹਾਂਜੀ ਬਿਲਕੁਲ ਜੀ, ਸਟਰਗਲ ਤੇ ਸਾਰਿਆਂ ਨੇ ਕੀਤੀ ਹੈ, ਜਿਸ ਤਰ੍ਹਾਂ ਸਟਾਰਟ ਕੀਤਾ ਹੈ ਸਲਮਾਨ ਸ਼ੇਖ ਸਾਹਿਬ ਨੇ, ਐਗਜ਼ੈਕਟਲੀ ਇਹੀ ਹੋਇਆ। ਆਈ ਡਿਡ ਲਾਅ, ਮੈਂ ਪਾਕਿਸਤਾਨ 'ਚ ਲਾਅ ਕੀਤਾ ਸੀ ਐਂਡ ਆਈ ਮੇਰਾ ਆਲਵੇਜ਼ ਸਟੱਡੀ ਵਾਜ਼ ਆਲਵੇਜ਼ ਮਾਈ ਪੈਸ਼ਨ, ਸੋ ਆਈ ਵਾਜ਼ ਡੂਇੰਗ ਲਾਅ ਡਿਊਰਿੰਗ ਦੈਟ। ਜਦੋਂ ਮੇਰਾ ਐਗਜ਼ਾਮ ਹੋ ਰਿਹਾ ਸੀ ਤੇ ਆਈ ਵਾਜ਼ ਵੈਰੀ ਮੱਚ ਇੰਟਰਸਟਿਡ ਇਨ ਲਾਈਕ ਗੋਇੰਗ ਫਰਦਰ, ਤੇ ਮੈਂ ਪੰਜਾਬੀ ਵਿੱਚ ਵੀ MA ਕੀਤਾ। ਸੋ ਆਈ ਡਿਡ ਬਿਫੋਰ ਦੈਟ ਆਈ ਡਿਡ ਲਾਈਕ you know that was because family from Kashmir and Punjabi, right. So I wanted to, then very few people know, then I did one more with the Islamic studies because my family is like they belong to very Islamic, so I did that too on the side but nobody knows. Matlab main I was doing law ati hali mera final exam hi ho raha si and results are sante nikah shika ho gaya sudden pass gaye to bas oh bas sidha fir charge bitha ke unhone ghar wale ne itthe kar ditta acha I was candidate for css so I was going towards some other mera passion thi ke main judge banangi ya na hoga kuch bhi nahi asan da hoya ਫਿਰ ਇੱਥੇ ਆ ਕੇ ਸਾਰੇ ਖਵਾਬ ਡਿਫਰੈਂਟ ਹੋ ਗਏ ਫਿਰ ਤੁਸੀਂ ਕਹਿੰਦੇ ਹੋ ਕਿ ਅੱਛਾ ਅੱਛਾ ਤੁਹਾਡੀ ਉਹ ਪੜ੍ਹਾਈਆਂ ਉੱਥੇ ਰਹਿ ਗਈਆਂ ਹੁਣ ਤੁਸੀਂ ਇੱਥੇ ਸਟਾਰਟ ਕਰੋ ਜਿਸ ਤਰ੍ਹਾਂ ਸਲਮਾਨ ਸ਼ੇਖ ਸਾਹਿਬ ਦੱਸ ਰਹੇ ਸਨ ਇੱਥੇ ਜੀ ਉਹ ਮੇਰਾ ਕਿਉਂਕਿ ਮੇਰਾ ਬੈਕਗ੍ਰਾਉਂਡ ਜ਼ਰਾ ਲਾਅ ਦਾ ਸੀ ਐਂਡ ਆਈ ਡਿਡ ਕਪਲ ਆਫ ਥਿੰਗਸ ਐਲਸ ਮੈਂ ਬਿਕੋਜ਼ ਮੈਂ ਡਿਫਰੈਂਟ ਡਾਇਰੈਕਸ਼ਨਸ ਜਾ ਰਹੀ ਸੀ ਤੇ ਇੱਥੇ ਆ ਕੇ ਫਿਰ ਆਈ ਚੇਂਜ ਮਾਈ ਸਬਜੈਕਟ ਐਂਡ ਆਈ ਸਟੱਡੀਡ ਬੇਸਿਕਲੀ accounts okay. and finances ji us to baad main insurance business se chali gayi and
or parallel to mortgage. So I'm Mortgage, हाँ basically an insurance broker, and on the side I do mortgage, but basically I am insurance broker. इंश्योरेंस ब्रोकर, रियल एस्टेट एंड अदर इंश्योरेंस. जी, रियल स्टेट रियली नॉट, मेरे भाई ने रियल स्टेट वाला काम इन्हां नु दे दी दा, मतलब अच्छा, हाँ जी, या जेड़ा 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 बंदा जो कर रहा हो कर वही सुना लग रहा वो नहीं देना पड़ता. हाँ है, बिकॉज आई बिलीव इन डूइंग यू नो वन थिंग परफेक्टली. सो परफेक्टली, आई एम डूइंग जेड़ा भी मैं शुरू किया है, अल्लाह ने जिस बड़ी इज्जत दी है. ऑफ कोर्स आई माशाल्लाह. मिस माय लॉ, एंड माय डॉटर इज एक्चुअली वन ऑफ डॉटर, शी इज अबाउट टू गो फॉर द लॉ बिकॉज इट वाज माय पैशन, एंड आई ट्रांसफर्ड इट टू हर. आई होप इफ शी कैन डू इट. बहुत अच्छा है, बहुत अच्छा है, बहुत अच्छा, वेरी नाइस, वेरी नाइस. मतलब कि दैट इन द स्टार्ट इट वाज स्ट्रगल कि मैं मतलब आई वांटेड बिल्कुल खत्म करके पढ़ाई हो तो आए हाली फिनिश भी नहीं हुई सी थे आगे. आई वाज वेरी अनमेच्योर, बट अल्हम्दुलिल्लाह आई एम डूइंग ओके. दैट्स गुड, दैट्स गुड, अल्हम्दुलिल्लाह हैप्पी. बहुत बहुत अच्छा है, बहुत अच्छा है. कैप्टन सी खुश है कि अपनी लाइफ के बीच. हाँ जी, अल्हम्दुलिल्लाह. ते अपना हुन चलने आसिम मलिक साहब को, उन्होंने पूछना कि उन्होंने का किस तरह ध्यान आया अमेरिका, या के स्ट्रगल इन्होंने भी थोड़ी जी की होनी है. उन्होंने वैसे आराम करते पे, वैसे सामने दिन टाइम नहीं है. हाँ जी, स्ट्रगल का आसिम मलिक साहब दसो. वालेकुम सलाम सर. सर स्ट्रगल ते हर इंसान करदा, मेरा नहीं ख्याल के मैं इन्नी स्ट्रगल कीती है. मैं 96 च आया सा, वालिद साहब ने बुलाया सी जदों इमीग्रेशन हुई सारी फैमिली दी, ते वो ऑलरेडी कम करदे सन इत्थे. 85 तो सन, कंस्ट्रक्शन दा बिजनेस सी, बस ओहो ही उन्हां दे नाल लग के कम कीता. मगर ऐ वे कि 3 साल मैं अपने हाथ नाल काम कीता, रोज ट्रेन ते आना जाना सा सिटी, ओ ही गंदे कपड़े पा के, अच्छा जी पेंट पाई होंदी सी, कंस्ट्रक्शन बूट पाए होंदे सन, कदी परवाह नहीं सी कीती कि किस तरह बुरे लग रहे हैं अच्छे लग रहे हैं. मगर वो 3 साल च काफी कुछ सीखने नु मिलिया, ते बस वो 3 साल ही सिर्फ कीता. फिर उस तो बाद सारा सेटअप चेंज कर दिता, काम फिर क्रू अपने वधाते, फिर काम आपे देखना शुरू, सुपरवाइज करना शुरू कर दिता. 3 3 3 साल जड़े ने, 3 साल ही बड़े लंबे लगे होने. बहुत लंबे साल सन उस, बस एवे कि हर चीज सीखने मिल गई. वो वाल साहब ने कहा सी कि मैं हालांकि जदों आया सा इतने, तो उन्होंने नवी लैंड क्रूजर उदो ली सी, बड़ी महंगी होंगी सी अच्छा, उदो, हाँ मगर उन्होंने मैनू वो नहीं दी चलाने वास्ते. अच्छा किता. उन्होंने कहा ट्रेन ते ही जा, ते ट्रेन ते ही आ, ते ट्रेन ते ही हाँ धक्के खाते. यही मैं ऐसा इंसान नु प्रैक्टिकल सीखन, लाइफ, प्रैक्टिकल लाइफ ऐसा ही पता चलती है ना बंदे को. इस तरह ही सीखन नु मिलता है. हर चीज एडी आसानी नाल नहीं मिल जाती, ओदे वास्ते बड़ी मेहनत करनी पैंदी है. ते मैं काफी मैं तो कह शायद तुसी अपना जरा वाल साहब इतने से माशाला ते तन पक्का बकाया सारा कुछ मिल गया होना इतने, मगर स्ट्रगल तुसी कीती है ते मतलब 3 साल ते फिर भी कीती है. सर मेरी पहली गड्डी सी होंडा एकॉर्ड स्टिक शिफ्ट, $500 दी ली सी. अच्छा, शुरू तो इस तरह ही होता है पहले. जय हकीकत गाज से. उस तो मेरे को निशान अल्टीमा सी 97 दी, ओ ले सी. मेरे कॉल भी हांडा सी एकार्ड अच्छा 1500 दी. मगर चार दफा एक्सीडेंट, चार दफा एक्सीडेंट होया, चारों दफा पैसे ला लेते. पांचवी दफा मैं अपने दोस्त को देते, उन्होंने भी एक्सीडेंट किया, उन्होंने भी $1500 लग गया. हाँ नहीं, मैं जो मैं जो अमेरिका आया तो मेरा अपने अपना एक अच्छी फैमिली मतलब फ्रेंड बन गए सी, ते वो अपना मेरे फ्रेंड जड़े गए सी, ते मैं तो थोड़े तो अच्छा रहा. फिर मैंने उन्होंने फ्री देती सी गड्डी. लकी रहे ना. मैं क्योंकि शादी होके आई थी तो मियाँ की गाड़ी थी मेरे पास. ओ भी अपने आप फायदा हो गया तुम्हारा भी. तुसी सब तो ज्यादा लकी हो गए, तो फ्री गड्डी मिल गई सारे. हाँ नहीं, मैं अपनी अपनी जड़ा मेरा करियर सी मैं छड़ के आई थी, मैंने कुछ तो मिलना चाहिए सी. कुछ मिलना आई चाहिए लेफ्ट माय करियर माय एजुकेशन ओवर देयर. सो बड़ा बड़ा तकलीफ होती है, बड़ा पेन है उस चीज का. नहीं जाहिर है, बिल्कुल 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 चीज है. और तुसी देखो कि मैं जदों आया तो मैं अली अली शादी नहीं सी हुई, ते मतलब अपने दोस्त ही जड़े इत्थे हैगे सी, ओही साडी फैमिली मतलब हैगे सी, ते ओही अपना ट्रीट करीदा सी उन्हां नूं सही हिसाब दे नाल ही, सारे अपना भैन भरा हैगे जी. ਤੁਹਾਡਾ ਮੈਂ ਅੱਜ ਤੁਹਾਡਾ ਮੈਂ ਅੱਜ ਪੋਸਟ ਪੜ੍ਹਨਾ ਪਿਆ ਹਾਂ, ਤੁਸੀਂ ਤੁਹਾਨੂੰ 41 ਈਅਰ ਹੋ ਗਏ ਨੇ ਇੱਥੇ. 41 ਈਅਰ ਅਪ੍ਰੈਲ ਹੋ ਜਾਂਦੇ, 20 ਅਪ੍ਰੈਲ. ਹਾਂਜੀ, ਵਾਹ, ਬੜਾ ਹਾਂਜੀ, ਕਾਫੀ ਲੰਬਾ ਅਰਸਾ ਹੈ. ਬਹੁਤ ਲੰਬਾ ਅਰਸਾ ਹੈ, ਕਾਫੀ ਛੋਟੀ ਏਜ ਤੇ ਆ ਗਿਆ ਸੀ, ਤੇ ਮਗਰ ਐਵੇਂ ਕਿ ਚਲੋ ਅੱਲਾਹ ਤਾਲਾ ਨੇ ਖੈਰੀਅਤ ਨਾਲ ਗੁਜ਼ਾਰਿਆ ਇਸ ਤੇ. ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀਗਾ, 41 ਈਅਰ ਹਾਂਜੀ, ਇਜ਼ ਅ ਬਹੁਤ ਵੱਡਾ ਅਰਸਾ, ਬੜੀ. ਆਲ ਹਿਸ ਲਾਈਫ ਆਲਮੋਸਟ. ਹਾਂਜੀ, 20th 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 ਅਪ੍ਰੈਲ 1980. ਵਾਓ,
हाँ जी, ते उदों अपना के हालात बहुत अच्छे सी, इत्थे वक्त बहुत अच्छे है सी उदों। बिल्कुल सही है। हाँ जी, बहुत ही अच्छे है सी, अपनी कम्युनिटी बहुत घट हुंदी सी। आई थिंक मेरे मियाँ भी 80 दे आए ने, 80 दे आए ने थे अच्छा 80। अच्छा सारे, अपना मोस्टली साढ़े वड्डे बुजुर्ग जिन्हें ना सारे ऐसे साल च, मैं देखा जी मेरे चाचे और भी वाल साल वही पहले वही पैदा साल हुए। है सी, बिल्कुल। हाँ जी, early 80s late 70s ऐसे आए लोग सारे ना, जी ज्यादातर। जी बिल्कुल बिल्कुल अच्छा शेख साहब, तुहाडे कोल अपना जी। सामान, शेख साहब तुहाडे कोल वापस चलना, ते हुण जरा पकौली दे बारे जरा थोड़ा जिहा तुसां अपना, ते तुसीं दस दित्ता कि पकौली अपना जरा वो तुसीं कंट्रोलर हैगे हो, कैश वगैरह हैंडल करदे हो तुसीं, मेजर तुहाडे कोल मतलब ज्यादा डेजिग्नेशन हैगा तुहाडा तुहाडे कोल, ते पकौली दा दसो कि अपना पकौली की अपना कर रही है, मतलब मेले अच्छा वगैरह ते चलदे ने, ते कोविड वास्ते भी मतलब कितना काफी काम रहा, ओहदे बारे थोड़ा दसां जरा नाजरीन नूं। जी, हाँ जी, मैं पाकोली ने तकरीबन आई थिंक 6 साल हो गए ने पाकोली ज्वाइन की थी। मैं किसी ने कहा भी पाकोली चना 6 साल पहले वो सारे कोई डॉक्टर साहब सी ने जिन्हों जेडे मेरे क्लाइंट सी डॉक्टर याद, कहते यार पाकोली जा, मैं कहा मैं नहीं पाकोली जाना, कहना क्यों, मैं कहा वो बंदे ठीक नहीं होते सारे, की गल हो गई, मैं कहा नहीं यार मैं अली नहीं आना। ते वो एक बारी मैं गया मेला, मेला हो रहा सी, ते हक साहब भी वो पाकोली सी, मैं गया तो हक साहब नाल मेरी थोड़ी सलाम दुआ सी, ते उन्होंने कहा सलमान साहब तुसी स्टेज जाना है, अंदर आना है, ते मेरे को पास है, ते मैं कहा अच्छा, उन्होंने मेरी काफी खिदमत की थी, खातर दुआदन की थी, वो मैंने अंदर ले गए कुकर आके, तो मैं बड़ा होया, मैं कहा हक साहब मैं अगर पाकोली ज्वाइन की थी ना थोड़े वाले ना ज्वाइन कर, कहने अच्छा लगे ठीक है। फिर ऐसा होया कि पाकोली थोड़ा सा इधर उधर हो गई, तो जमाल मोहसिन साहब ने मैंने पाकोली इंट्रोड्यूस कराया, उस वे नई पाकोली जो हाँ, पाकोली वजूद सच आई थी, अच्छा अच्छा तो सारे सी सारे बहरहाल मैं जब पाकोली ज्वाइन की थी, मैंने न्यूयॉर्क हूँ अल्लाह के फजल से तकरीबन 100% लोग जानते ने, मैं यही कहना ने पहले मैं क्योंकि 50% लोग मैंने सिटी बैंक में काम करता थी ना, कि मेरी पब्लिक रिलेशन सी जैक्सन हाइट को, मैं कहा जी 50% लोग जेडे ना मैंने सिटी बैंक में जानते ने, सिटी बैंक बाकी 50% लोग मैं पाकोली जानते हैं, मैं अच्छा, पाकोली नु क्रेडिट देना। 50-50 हो गया मतलब। हाँ 50-50 हो, अच्छा अच्छा फिर मैं जिथे भी जाना सी एयरपोर्ट जाना कोई ना कोई बंदा लग जाता सी, पूछे कहते सी अबू ताडे बड़े बड़े फैन है, वो मतलब बिल्कुल है पब्लिक रिलेशनशिप हो गई ना लोगों नाल, मतलब बिल्कुल बिल्कुल अच्छा बिल्कुल। किसी नु काम कर दिता ते लोग जेड़ा है ना इज्जत भी कर देने। मैं नहीं नहीं अल्लाह बिल्कुल मैं जब तो पाकोली ज्वाइन की थी, मैं अल्लाह ताला से फजल मतलब बहुत शुक्र गुजार कि माशाल्लाह बहुत इज्जत है, ते असी लोग जेड़ा पिंडा पाकोली तो बड़े काम किए ने, मेले वगैरह हुए, पॉलिटिकल नाइट्स अच्छी की थी ना। मैं फिर 2000 मेरा 2017 तो लेके 2019 तक मैं प्रेसिडेंसी पाकोली था, ते हाल या इस आजकल मैं कंट्रोलर हूँ, ते असी तुहानू पता पाकोली ने पेंडेमिक विच काफी काम किया, असी बिल्कुल लोगों के घर जाके फूड दिता, वो भी असी अपनी जेबों पाकोली के मेंबर अपनी जेब तो पैसे इकट्ठे करके लोगों को फूड दिता, फिर अजी हॉस्पिटल नो अजी हार्ट मील दिता, फिर अजी पुलिस डिपार्टमेंट, फायर स्टेशन, मस्जिद, ते अजी माशाल्लाह इस साल भी बाहर होम डिपो के सामने जेडे स्पेनिश लोग हैं जेडे डेली वर्कर्स हैं बहुत अच्छे, उन्होंने, हाँ डेली बहुत अच्छे डेली है। हाँ बहुत अच्छे काम किए थे, हम चल रहे हैं जरा अपना हजरत दार जी को। बल्कि एक काम और है अजकल असी मैं आज असी नॉर्थ शोर इस्लामिक सेंटर का मैं बोर्ड ऑफ ट्रस्टी का मेंबर हूँ, अच्छा ते अच्छा आज माशाल्लाह, उन्होंने वैक्सीनेशन असी 65 तो उत्तों दी मतलब जेडी एज के लोगों ने असी पूरी वैक्सीनेशन दी। माशाल्लाह माशाल्लाह। हाँ जी अजय दार जी, बड़ी मेहरबानी शेख साहब। अजय दार जी दसो अपना जरा ना, तो ये सारा कुछ हम शेख साहब ने दसिया, अपना सलमान शेख साहब ने, तो ये बारे तुसी अपनी राय जरा देना, पेंडेमिक दौरान जरा पकौली ने काम किए सारे अपना जरा। हाँ जी माशाल्लाह, तुसी ते योर पार्ट ऑफ पाकोली ते तुसी जानदे हो पाकोली ने शुरू तो लेके हुण तक जिस तरह पेंडेमिक स्टार्ट ही होया ते जिस तरह लोग घर मतलब छुप गए सन, इस तरह असी स्टार्ट से समझ किसी नु भी नहीं आ रही सी कि की हो रहा है,
लेकिन फिर वी ऑल यू नो वी सैट टुगेदर वी थॉट ऑफ इट कि की करना चाहिए। सो वी सबसे पहला जिहड़ा कम सी ओ सी कि असीं फूड डिस्ट्रीब्यूशन शुरू कीती, क्योंकि उस वेले समझ नहीं आ रही सी लोकां दे कम, बिकॉज यू नो जिहड़े लोग उत्थों आंदे ने कमाने वास्ते उहनां दी साडी खास तौर ते साडी जिहड़ी कम्यूनिटी उहनां दे ज्यादातर लोग उत्थे बैठे हुंदे ने, ਉਹਨਾਂ ਦਾ ਰਾਸਤਾ ਦੇਖ ਰਹੇ ਹੁੰਦੇ ਨੇ, ਇੱਥੇ ਆਉਂਦੇ ਨੇ ਉਹਨਾਂ ਨੇ ਆਪਣੀ ਫੈਮਿਲੀ ਵੀ ਇੱਥੇ ਦੇਖਣੀ ਹੁੰਦੀ ਹੈ, ਜਿਹੜੇ ਪਿਛਲੇ ਹੁੰਦੇ ਨੇ ਉਹਨਾਂ ਨੂੰ ਵੀ ਦੇਖਣਾ ਪੈਂਦਾ, ਤੇ ਨਾਲ ਰਿਸ਼ਤੇਦਾਰ ਥੋੜਾ ਬਹੁਤ ਜਿਸ ਤਰ੍ਹਾਂ ਦੇ, ਕਿਉਂਕਿ ਪਾਕਿਸਤਾਨੀ ਕਮਿਊਨਿਟੀ ਤੁਹਾਨੂੰ ਪਤਾ ਦਿਲ ਤੇ ਬਹੁਤ ਵੱਡਾ ਹੈ ਉਹਨਾਂ ਦਾ, ਤੇ ਇਹ ਕਰਕੇ ਉਹ ਜਦੋਂ ਸਟਾਰਟ ਹੋਇਆ ਤੇ ਹਾਰਡਲੀ ਲੋਕਾਂ ਕੋਲ ਸੇਵਿੰਗ ਸੀ, ਤਾਂ ਪਹਿਲਾ ਜਿਹੜਾ ਕੰਮ ਹੈ ਨਾ ਕਹਿੰਦੇ ਨੇ ਪੇਟ ਬੜੀ ਭੈੜੀ ਚੀਜ਼ ਹੈ, ਪਹਿਲੇ ਜਿਹੜਾ ਕੰਮ ਸੀ ਉਹ ਫੂਡ ਖਾਣਾ ਪਹੁੰਚਾਇਆ ਗਿਆ ਕਿ ਜੇ ਅਸੀਂ ਤਸੱਵਰ ਨਹੀਂ ਕਰ ਸਕਦੇ ਸਾਂ, ਇੰਨੇ ਸੋਹਣੇ ਘਰ, ਇੰਨੀਆਂ ਗੱਡੀਆਂ ਖਲੋਤੀਆਂ, ਫੂਡ ਤੋਂ ਅਸੀਂ ਸਟਾਰਟ ਕੀਤਾ ਫੂਡ ਤੋਂ, ਬਹੁਤ ਸਾਰੇ ਲੋਕਾਂ ਨੇ ਹੋਰ ਵੀ ਕੀਤਾ ਹੋਗਾ ਲੇਕਿਨ ਪਾਗੋਲੀ ਨੇ ਪਰਸਨਲ ਬੇਸਿਸ ਤੇ ਉਹ ਫੂਡ ਦਾ ਕੰਮ ਸ਼ੁਰੂ ਕੀਤਾ ਅਨਨੋਨ, ਅਸੀਂ ਰਿਗਾਰਡਲੈਸ ਐਨੀਥਿੰਗ ਵੀ ਸਟਾਰਟਡ ਵਿਦ ਦ ਫੂਡ, ਦੈਨ ਵੀ ਸਟਾਰਟਡ ਵਿਦ ਦ ਹੋਸਪਿਟਲ, ਅਸੀਂ ਮਤਲਬ ਜਾਂਦੇ ਗਏ ਜਿਸ ਤਰ੍ਹਾਂ ਸਲਮਾਨ ਸਾਹਿਬ ਨੇ ਦੱਸਿਆ ਕਿ ਅਸੀਂ ਮੁਖਤਲਿਫ ਹਸਪਤਾਲਾਂ ਚ ਜਿਹੜਾ ਡਾਕਟਰਸ ਨੂੰ ਜਿਹੜੇ ਵੀ ਫਸਟ ਰਿਸਪੋਂਡਰਸ ਨੂੰ ਮਤਲਬ ਲੰਚਸ ਦਿੱਤੇ ਐਜ਼ ਅ ਥੈਂਕ ਯੂ, ਐਂਡ ਦੈਨ ਵੀ ਵੈਂਟ ਟੂ ਕਪਲ ਆਫ ਯੂ ਨੋ ਪੁਲਿਸ ਸਟੇਸ਼ਨ ਤੇ ਗਏ, ਇਸ ਤਰ੍ਹਾਂ ਛੋਟੀ ਛੋਟੀ ਚੀਜ਼ਾਂ ਮਤਲਬ ਪਕੋਲੀ ਕਰਦੀ ਐਡ ਅਪ ਹੋ ਗਈਆਂ ਨਾ ਸਾਰੀਆਂ ਚੀਜ਼ਾਂ ਐਡ ਅਪ ਹੋ ਗਈਆਂ, ਤੇ ਉਹਦੇ ਵਿੱਚ ਹੈਗਾ ਕਿ ਬਿਲਕੁਲ ਇਹ ਕਿ ਬੜੀ ਅੱਛੀ ਚੀਜ਼ ਸੀ ਕਿ ਜਿਸ ਲਈ ਗਰੋਸਰੀ ਵਗੈਰਾ ਡਿਲੀਵਰ ਕਰਨ ਨੂੰ ਘਰਾਂ ਦੇ ਵਿੱਚ ਲੋਕਾਂ ਦੇ ਜਾਂਦੇ ਤੋਂ ਬਾਹਰ ਰੱਖ ਕੇ ਆ ਜਾਂਦੇ ਸੀ, ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਨਾ ਪ੍ਰਾਈਵੇਸੀ ਰਵੇ ਤੱਕ ਉਹਨਾਂ ਦੀ ਜਿਹੜੀ ਹੈ ਪ੍ਰਾਈਵੇਸੀ, ਇਹ ਤਾਂ ਸਭ ਤੋਂ ਖੂਬਸੂਰਤ ਜਿਹੜਾ ਸਾਡੇ ਇਸਲਾਮ ਨੇ ਵੀ ਕਿਹਾ ਕਿ ਮਤਲਬ ਨਾਲ ਦਵੋ ਤੇ ਦੂਸਰੇ, ਮਤਲਬ ਕਈ ਲੋਕਾਂ ਨੇ ਕਿੰਨੇ ਲੋਕਾਂ ਨੂੰ ਦਿੱਤਾ, ਕਿੱਥੇ ਗਿਆ, ਮਤਲਬ ਸਾਨੂੰ ਦੱਸਣ ਦੀ ਲੋੜ ਵੀ ਨਹੀਂ ਸੀ ਕਿ ਕਿੰਨੇ ਕਿੱਥੋਂ ਗਿਆ ਕਿੰਨੇ ਗਿਆ, ਸਾਨੂੰ ਉਹਨਾਂ ਦਾ ਕੋਈ ਯਕੀਨ ਕਰੋ ਕਿ ਉਹ ਕੋਈ ਕਹਿਣ ਥੈਂਕ ਯੂ ਵੀ ਕਰਨ ਵਾਸਤੇ ਆਉਂਦਾ ਸੀ, ਤੇ ਮਤਲਬ ਕੋਈ ਵੀ ਸਾਡਾ ਮੈਂਬਰ, ਇੱਕ ਮੇਰੀ ਇੱਕ ਇਹਨਾਂ ਦੀ ਖਾਸੀਅਤ ਨਹੀਂ, ਸਾਡੇ ਸਾਰੇ ਮੈਂਬਰਾਂ ਨੇ ਆਪਣੀ ਬੜੀ ਅੱਛੀ ਪਾਰਟੀਸਪੇਸ਼ਨ ਕੀਤੀ, ਤੇ ਪਕੋਲੀ ਨੇ ਵਾਕਈ ਸਾਬਿਤ ਕੀਤਾ ਕਿ ਅਸੀਂ ਹਰ ਅੱਛੇ ਬੁਰੇ ਟਾਈਮ ਤੇ ਉੱਥੇ ਮੌਜੂਦ ਰਹੇ ਜੀ। ਹਾਂਜੀ ਬਹੁਤ ਅੱਛਾ ਕੀਤਾ ਤੇ ਆਪਣਾ ਬਹੁਤ ਅੱਛਾ ਕੰਮ ਹੈ ਪਾਕੋਲੀ ਦਾ, ਤੇ ਆਸਮ ਮਲਿਕ ਸਾਹਿਬ ਜਰਾ ਕੁਛ ਲਫ਼ਜ਼ਾਂ ਦੇ ਵਿੱਚ ਜਰਾ ਪਾਕੋਲੀ ਦੇ ਬਾਰੇ ਦੱਸ ਦਿਓ, ਤੁਸੀਂ ਪਾਕੋਲੀ ਵਾਸਤੇ ਬਹੁਤ ਕੰਮ ਕੀਤਾ, ਕੋਵਿਡ ਪਿਛਲੇ ਪੀਕ ਤੇ ਸੀ ਉਸ ਲਈ ਵੀ ਤੁਸੀਂ ਬਹੁਤ ਕੰਮ ਕੀਤਾ, ਬਾਹਰ ਨਿਕਲੇ ਤੁਸੀਂ ਜਾ ਕੇ ਫੂਡ ਵਗੈਰਾ ਦਿੰਦੇ ਰਹੇ ਸਭ ਕੁਛ ਕੀਤਾ, ਫਿਰ ਹੁਣ ਤੁਸੀਂ ਪਿੱਛੇ ਆਪਣਾ ਕੁਛ ਅਰਸੇ ਤੋਂ ਕੋਵਿਡ ਜਿਹੜੇ ਸ਼ਾਰਟ ਹੈਗੇ ਟੈਸਟ ਜਿਹੜੇ ਕਰੋਨਾ ਦੇ ਉਹਦੇ ਬਾਰੇ ਤੁਸੀਂ ਕਰਦੇ ਰਹੇ ਹੋ, ਤੇ ਉਹਦੇ ਥੋੜਾ ਜਿਹਾ ਜਲਦੀ ਚ ਆਪਣਾ ਇੱਕ ਦੋ ਮਿੰਟ ਰਹਿਣਾ ਤੁਸੀਂ ਲਗਾ ਕੇ ਬੜੇ ਜ਼ਿੰਦਾ ਦਿਲ ਲੋਕ ਇਹਦੇ ਵਿੱਚ ਹੈਗੇ ਨੇ, ਸਾਡੇ ਫਾਊਂਡਰ ਤੋਂ ਲੈ ਕੇ ਜਿੰਨੇ ਵੀ ਸਾਡੇ ਐਗਜ਼ੈਕਟਿਵ ਬੋਰਡ ਵਾਲੇ ਨੇ, ਜਿੰਨੇ ਵੀ ਪਹਿਲੇ ਬੰਦੇ ਆਏ ਗਏ ਸਾਰੇ, ਅਸੀਂ ਸਾਰਾ ਕੁਛ ਉਹਨਾਂ ਕੋਲੋਂ ਹੀ ਸਿੱਖਿਆ, ਤੇ ਅਸੀਂ ਜਿੰਨੀ ਕੋਸ਼ਿਸ਼ ਕੀਤੀ ਹੈ, ਸਾਡੀ ਨਵੀਂ ਟੀਮ 2020 ਚ ਆਈ ਸੀ ਸਾਰੀ, ਤੇ ਪਹਿਲੇ ਵੀ ਕੰਮ ਕਰਦੇ ਨੇ ਉਸੇ ਤਰ੍ਹਾਂ ਪਕੋਲੀ ਵਾਸਤੇ, ਐਤਕੀ ਵੀ ਕਰਦੇ ਹੈ, ਐਤਕੀ ਵੀ ਬੜਾ ਡਿਫਰੈਂਟ ਤਰੀਕੇ ਨਾਲ ਕੀਤਾ ਕਿਉਂਕਿ ਪੈਂਡੈਮਿਕ ਆ ਗਿਆ ਸੀ ਕਰੋਨਾ ਵਾਇਰਸ ਦੀ ਵਜ੍ਹਾ ਨਾਲ, ਫਿਰ ਉਹਦੇ ਚ ਲੋਕਾਂ ਨੂੰ ਫੂਡ ਡਿਸਟ੍ਰੀਬਿਊਸ਼ਨ ਕਾਫੀ ਅਸੀਂ ਕੀਤੀ, ਕੋਵਿਡ ਦੀ ਟੈਸਟਿੰਗ ਕੀਤੀ, ਈਵਨ ਕਿ ਉਹਦੇ ਵਿੱਚ ਵੀ ਅਸੀਂ 14 ਅਗਸਤ ਦਾ ਮੇਲਾ ਵੀ ਕੀਤਾ ਸੀ, ਅਗਰ ਤੁਹਾਨੂੰ ਯਾਦ ਹੋਏ ਤੇ ਧੂਮ ਦੇ ਉੱਤੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕਰ ਸਕਦੇ ਸਨ, ਲੋਕਾਂ ਨੂੰ ਘਰਾਂ 'ਚ ਫੂਡ ਡਿਲੀਵਰੀ ਕੀਤੀ, ਇਹਦੇ 'ਚ ਸਾਰੇ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਸਲਮਾਨ ਜ਼ਫਰ ਸਾਹਿਬ, ਅਤੀਕ ਕਾਦਰੀ ਸਾਹਿਬ, ਸਾਡੇ ਸਲਮਾਨ ਸ਼ੇਖ ਸਾਹਿਬ ਕੰਟਰੋਲਰ, ਤੇ ਉਸ ਤੋਂ ਬਾਅਦ ਆਪਣੇ ਮੇਨ ਜਿਹੜੇ ਨੇ ਸਾਡੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਜ਼ਰਾ ਜੀ, ਆਲਸੋ ਹਮਾਯੂ ਕੁਰੈਸ਼ੀ ਸਾਡਾ ਜਨਰਲ ਸੈਕਟਰੀ, ਸਭ ਨੇ ਜਿੰਨਾ ਜਿੰਨਾ ਕੋਸ਼ਿਸ਼ ਕਰ ਸਕਦੇ ਹਾਂ ਮਿਲ ਕੇ ਕੰਮ ਕੀਤਾ ਇਸ ਬਾਰੇ 'ਚ, ਸਾਡੇ ਡਾਇਰੈਕਟਰਸ ਨੇ ਈਵਨ ਕਿ ਆਲਸੋ ਬੜਾ ਪਾਰਟ ਅਦਾ ਕੀਤਾ ਫੰਡਸ ਤੇ ਡੋਨੇਸ਼ਨ ਇਕੱਠੇ ਕਰਨ ਦੇ ਵਿੱਚ ਸਭ ਨੇ, ਕੰਟਰੋਲਰ ਸਾਹਿਬ ਨੇ ਵੀ ਕਾਫੀ ਅੱਗੇ ਅੱਗੇ ਰਹੇ ਇਸ ਚੀਜ਼ ਦੇ ਵਿੱਚ, ਬਿਲਕੁਲ ਬਿਲਕੁਲ, ਉਹ ਤੇ ਆਲਵੇਜ਼ ਹੀ ਮਤਲਬ ਅਸੀਂ ਜਦੋਂ ਵੀ ਸਾਡੀ ਟੀਮ ਬਣਦੀ ਹੈ ਆਲਵੇਜ਼ ਹੀ ਅੱਗੇ ਇਨਸ਼ਾਅੱਲਾ ਤਾਲਾ ਆਲਵੇਜ਼ ਕਰਦੇ ਰਹੇ ਹਾਂ, ਕਰਦੇ ਰਵਾਂਗੇ ਇਨਸ਼ਾਅੱਲਾ। ਅੱਛਾ ਐਜ਼ ਅ ਪ੍ਰੈਜ਼ੀਡੈਂਟ ਹੋ ਤੁਸੀਂ, ਆਪਣਾ ਦੱਸੋ ਕਿ ਅੱਗੇ ਮਤਲਬ ਇੱਕ ਐਵੇਂ ਇੱਕ ਮਿੰਟ ਦੇ ਵਾਸਤੇ ਜ਼ਰਾ ਥੋੜਾ ਜਿਹਾ ਸ਼ੋਰਟ ਡਿਸਕ੍ਰਿਪਸ਼ਨ ਦਿਓ ਕਿ ਅੱਗੇ ਹੁਣ ਮਤਲਬ ਪਾਕੋਲੀ ਨੂੰ ਕਿਸ ਤਰ੍ਹਾਂ ਲੈ ਕੇ ਚੱਲ ਰਹੇ ਹੋ।
ਗੱਲ ਇਹ ਕਿ ਜਦੋਂ ਵੀ ਕੋਈ ਅਸੀਂ ਪ੍ਰੋਗਰਾਮ ਬਣਾਉਂਦੇ ਹਾਂ ਤੇ ਉਹਦੇ ਵਾਸਤੇ ਮੀਟਿੰਗ ਕਰ ਲੈਂਦੇ ਹਾਂ ਆਪਣੀ ਜਿਹੜੀ ਕੋਰ ਟੀਮ ਦੀ ਕਿ ਕੀ ਕਰਨਾ ਹੈ, ਸਿੰਸ ਇਸ ਲਈ ਪ੍ਰੋਗਰਾਮ ਤੇ ਆਲਰੇਡੀ ਲਾਈਨ ਅਪ ਕੀਤੇ ਹੋਏ ਨੇ, ਮਗਰ ਜੋ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਕੋਈ ਚੀਜ਼ਾਂ ਕੁਛ ਫਾਈਨਲ ਨਹੀਂ ਹੈਗੀਆਂ, ਮਗਰ ਜੂੰ ਜੂੰ ਹਾਲਾਤ ਕਲੀਅਰ ਹੁੰਦੇ ਜਾਣਗੇ ਅਸੀਂ ਆਪਣੀ ਜਿਹੜਾ ਸਕੈਜੂਲ ਤੇ ਨਾਰਮਲ ਵਾਪਸ ਆਉਂਦੇ ਜਾਵਾਂਗੇ ਤੇ ਅਸੀਂ ਇਨਸ਼ਾ ਅੱਲਾਹ ਉਸੇ ਤਰ੍ਹਾਂ ਹੀ ਕਰਾਂਗੇ, ਬਲਕਿ ਬੈਟਰ ਕਰਾਂਗੇ ਕਮਿਊਨਿਟੀ ਵਾਸਤੇ ਵੀ ਤੇ ਸਾਰਿਆਂ ਵਾਸਤੇ ਬੈਟਰ ਹੋ ਜਾਏਗਾ। ਚਲੋ ਬੜੀ ਮਿਹਰਬਾਨੀ ਆਸਿਮ ਮਲਕ ਸਾਹਿਬ, ਬਹੁਤ ਮਿਹਰਬਾਨੀ ਪ੍ਰੋਗਰਾਮ ਸਲਮਾਨ ਜ਼ਫਰ ਦੀ ਬੈਠਕ ਜੁਆਇਨ ਕਰਨ ਦਾ। ਸਲਮਾਨ ਸ਼ੇਖ ਸਾਹਿਬ ਬਹੁਤ ਸ਼ੁਕਰੀਆ ਤੁਹਾਡੇ ਪ੍ਰੋਗਰਾਮ ਦਾ ਜੁਆਇਨ ਕਰਨ ਦੀ, ਤੇ ਅਜ਼ਰਾਦਾਰ ਜੀ ਬਹੁਤ ਬਹੁਤ ਸ਼ੁਕਰੀਆ, ਤੇ ਆਪਣਾ ਨਾਜ਼ਰੀਨ ਕੋਲੋਂ ਮੈਂ ਇਜਾਜ਼ਤ ਲੈ ਸਾਰਿਆਂ ਨੂੰ ਰੱਬ ਰੱਖਾ ਜੀ। ਹਾਂ ਜੀ ਰੱਬ ਰੱਖਾ ਬਿਲਕੁਲ। ਹਾਂ ਜੀ ਥੈਂਕ ਯੂ ਵੈਰੀ ਮਚ ਨਾਜ਼ਰੀਨ, ਪ੍ਰੋਗਰਾਮ ਦੇਖਣ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਨੂੰ ਲਾਈਕ ਕਰੋ, ਕਮੈਂਟ ਕਰੋ, ਕਮੈਂਟ ਦੇ ਰਹੇ ਹੋ ਤੁਸੀਂ, ਕ੍ਰਿਟੀਸਾਈਜ਼ ਵੀ ਕਰ ਸਕਦੇ ਹੋ ਅਗਰ ਕੋਈ ਚੀਜ਼ ਤੁਹਾਨੂੰ ਪਸੰਦ ਨਹੀਂ ਆ ਗਈ, ਤੱਕ ਨੂੰ ਠੀਕ ਕੀਤਾ ਜਾਏ। ਅੱਛੇ ਕਮੈਂਟ ਵੀ ਕਰੋ, ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਪਾਕਸ਼ ਯੂਐਸ ਮੀਡੀਆ। ਅੱਛੇ ਅੱਛੇ ਪ੍ਰੋਗਰਾਮ ਤੁਹਾਡੇ ਵਾਸਤੇ ਅਸੀਂ ਲੈਂਦੇ ਆਵਾਂਗੇ। ਆਪਣਾ ਸਭ ਦਾ ਖਿਆਲ ਰੱਖਣਾ, ਅੱਲਾ ਹਾਫਿਜ਼।